ਮੇਰੀ ਪਹਿਲੀ ਡੈਬਿਊ ਫਿਲਮ ਹੈ ਆਪਦੇ ਵੱਲੋਂ ਅਸੀਂ ਇੰਚ ਕੋਈ ਕਮੀ ਨਹੀਂ ਛੱਡੀ ਹੈਗੀ ਇਹਨੂੰ ਇਹਨੂੰ ਬਣਾਉਣ ਦੇ ਲਈ ਤੇ ਇਹਨੂੰ ਆਡੀਅנס ਤੱਕ ਪਹੁੰਚਾਉਣ ਦੇ ਲਈ ਸਾਡੇ ਹੱਥੇ ਸਾਰਾ ਕੁਝ ਨਹੀਂ ਹੈਗਾ ਬਹੁਤ ਕੁਝ ਮੇਰੇ ਮੈਨੂੰ ਜਿਹੜੇ ਪਿਆਰ ਕਰਨ ਵਾਲੇ ਜਿਹੜੇ ਆਡੀਅנס ਉਹਨਾਂ ਦੇ ਹੱਥੇ 'ਚ ਵੀ ਹੈ ਕਿਉਂਕਿ ਹਰ ਇੱਕ ਚੀਜ਼ ਡਿਮਾਂਡ ਦੇ ਸ਼ਰਤੇ ਹੁੰਦੀ ਹੈ ਜਸਟ ਈਮੇਲਸ ਦੇ ਥਰੂ ਹੀ ਬੁਕਿੰਗ ਆ ਵਗੈਰਾ ਹੁੰਦੀਆਂ ਨੇ ਨਾ ਸਿਨੇਮੇ ਦੀਆਂ ਤੇ ਉਹ ਉਹਨਾਂ ਦਾ ਸਾਨੂੰ ਰਿਪਲਾਈ ਨਹੀਂ ਆਇਆ ਅਸਲ ਵਿੱਚ ਪਰ ਹੁਣ ਇਹਨੂੰ ਅਸੀਂ ਲਗਾਤਾਰ ਟੀਮ ਲੱਗੀ ਹੋਈ ਹੈ ਉਹਨੂੰ ਫਿਕਸ ਕਰਨ ਨੂੰ ਤੁਸੀਂ ਪਿਆਰ ਦੇ ਰਹੇ ਹੋ ਇਹ ਸਾਡੇ ਸਰ ਮੱਥੇ ਆ ਚੀਜ਼ ਪਰ ਇਹ ਜਿਹੜੀ ਪ੍ਰੋਬਲਮ ਆ ਇਹ ਸਾਡੇ ਸਰਕਲ ਲਈ ਸਾਡੀ ਨਹੀਂ ਹੈਗੀ ਇਹ ਹਰੇਕ ਬੰਦਾ ਜਦੋਂ ਨਵਾਂ ਐਂਟਰ ਹੁੰਦਾ ਇੰਡਸਟਰੀ ਦੇ ਵਿੱਚ ਉਹਨੂੰ ਇਹ ਤੋਂ ਲੰਘਣਾ ਪੈਂਦਾ ਸਾਨੂੰ ਜਿਹੜੇ ਸਾਹਮਣੇ ਕੌਸ ਦੀਆਂ ਕਲਿੱਪਸ ਸੀਗੇ ਕਿਉਂਕਿ ਕੱਲ ਸ਼ਾਮ ਨੂੰ ਮੈਨੂੰ ਲੁਧਿਆਣੇ ਤੋਂ ਕਾਫੀ ਕਾਲਰ ਸੀਗੀਆਂ ਵੀ ਅਸੀਂ ਐਮਬੀਡੀ ਗਏ ਉੱਥੇ ਨਹੀਂ ਲੱਗੀ ਤੇ ਉਹ ਇਹਦੇ ਵਿੱਚ ਸਾਡਾ ਕੋਈ ਕੋਈ ਨਹੀਂ ਹੈਗਾ ਵੀ ਅਸੀਂ ਉਹ ਜਾਣ ਕੇ ਨਹੀਂ ਲਾਈ ਅਸੀਂ ਤਾਂ ਸਾਰੇ ਪਾਸੇ ਉਹਨੂੰ ਜਿਹੜੀਆਂ ਹੈਗਿਆ ਫਿਲਮ ਨੂੰ ਟਰਾਈ ਟਰਾਈ ਕੀਤਾ ਵੀ ਸਾਰੇ ਬਸੇ ਲੱਗੇ ਤੇ ਜਿਹੜਾ ਨਵਾਂ ਕੋ ਇੰਡਸਟਰੀ ਦੇ ਵਿੱਚ ਇਸ ਪੈਰ ਧਰਦਾ ਫਿਲਮਿੰਗ ਦੁਨੀਆ ਦੇ ਵਿੱਚ ਤੌਰ ਦਬਰ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਸਭ ਸਾਰਾ ਕੁਝ ਚੱਲੀ ਜਾਂਦਾ ਤੁਹਾਨੂੰ ਇੱਕਨ ਤੁਸੀਂ ਕਹਿੰਦੇ ਹੋ ਮੈਨੂੰ ਲੱਗਦਾ ਇਹ ਵੀ ਚੀਜ਼ ਹੋ ਸਕਦੀ ਹੈ ਆਪਦੇ ਚ ਹੌਸਲਾ ਚਾਹੀਦਾ ਮੈਨੂੰ ਪਤਾ ਵਾ ਮੇਰੀ ਚੀਜ਼ ਵਧੀਆ ਵਾ ਅਸੀਂ ਵਧੀਆ ਇੱਕ ਪ੍ਰੋਡਕਟਰ ਜੜੀ ਕੀਤਾ ਵਾ ਉਹ ਆਡੀਅੰਸ ਤੱਕ ਪਹੁੰਚਣਾ ਹੋਰ ਪਲੇਟਫਾਰਮ ਦੇ ਥਰੂ ਪਹੁੰਚ ਜਾਊਗਾ ਮੇਰੀ ਪਹਿਲੀ ਫਿਲਮਾ ਮੈਨੂੰ ਐਜ਼ ਅ ਫੇਸ ਤੁਸੀਂ ਪਹਿਲਾਂ ਜਾਣਦੇ ਹੋ ਵੀ ਹਾਂ ਵੀ ਸੌਂਗ ਆਇਆ ਸੀ ਬਾਈ ਦੀ ਫਿਲਮ ਆ ਰਹੀ ਆ ਮੇਰਾ ਤਾਂ ਮੈਨੂੰ ਐਂ ਨੀ ਮੇਰਾ ਇਸ ਐਕਟਰ ਮੈਨੂੰ ਕਾਫੀ ਅਪਰੋਚ ਹੋਈ ਹੈ ਨੀ ਫਿਲਮਾਂ ਦੀ ਪਰ ਮੈਨੂੰ ਮੈਨ ਇਹੀ ਸੀਗਾ ਵੀ ਜਿਹੜਾ ਹੈਗਾ ਵਾ ਆਪਣਾ ਵੀ ਥੋੜਾ ਵਧੀਆ ਤਰੀਕੇ ਨਾਲ ਹੀ ਕੰਮ ਕਰਕੇ ਆਈਏ ਪਰ ਹੁਣ ਵਧੀਆ ਤਰੀਕੇ ਨਾਲ ਕੰਮ ਕਰਕੇ ਆਏ ਹਾਂ ਹੁਣ ਹੋਰ ਪ੍ਰੋਬਲਮਾਂ ਚ ਲੰਗੀ ਜਾਂਦੇ ਆ ਸੱਚਾਈ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮਿਆਜ ਤੋਂ ਕਈ ਸਾਲ ਪਹਿਲਾਂ ਇੱਕ ਗਾਣਾ ਰਿਲੀਜ਼ ਕੀਤਾ ਗਿਆ ਸੀ ਜਿਸ ਨੇ ਬਹੁਤ ਧੂਮਾਂ ਬਚਾਈਆਂ ਇੱਕ ਤੇਰੀ دیਵਾਨਗੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਰਿਕਾਰਡ ਵੀ ਬਣਾਇਆ ਹਰ ਇੱਕ ਵਿਆਹ ਸ਼ਾਦੀ ਦੇ ਵਿੱਚ ਇਹ ਗਾਣਾ ਚੱਲਿਆ ਗੱਡੀਆਂ ਦੇ ਵਿੱਚ ਵੀ ਗਾਣੇ ਚੱਲੇ ਲੇਕਿਨ ਉਸ ਗਾਣੇ ਨੂੰ ਲੈ ਕੇ ਲਗਾਤਾਰ ਜਿਹੜੇ ਆਡੀਅנס ਸੀਗੀ ਜਾਂ ਕਹਦੀ ਗਈ ਪ੍ਰਸ਼ੰਸਕ ਜਿਹੜੇ ਸੀਗੇ ਉਹਨਾਂ ਦੇ ਵੱਲੋਂ ਲਗਾਤਾਰ ਡਿਮਾਂਡ ਕੀਤੀ ਗਈ ਸੀਗੀ ਕਿ ਜਾਂ ਤਾਂ ਇਸ ਤਰੀਕੇ ਦੇ ਨਾਲ ਨਵਾਂ ਕੋਈ ਵਰਜ਼ਨ ਦਿੱਤਾ ਜਾਵੇ ਜਾਂ ਫਿਰ ਕੋਈ ਮੂਵੀ ਬਣਾਈ ਜਾਵੇ ਤਾਂ ਕਮਲ ਗਰੇਵਾਲ ਜਿਨ੍ਹਾਂ ਨੇ ਇਸ ਗਾਣ ਨੂੰ ਆਪਣੀ ਆਵਾਜ਼ ਦਿੱਤੀ ਔਰ ਇਸ ਗਾਣੇ ਨੂੰ ਇੰਨੀ ਉਚਾਈਆਂ ਤੱਕ ਲੈ ਕੇ ਗਏ ਇਸ ਵਰਸ ਨੂੰ ਇੰਨੀ ਉਚਾਈਆਂ ਤੱਕ ਲੈ ਕੇ ਗਏ ਕਿ ਪੂਰੀ ਦੁਨੀਆ ਭਰ ਦੇ ਵਿੱਚੋਂ ਮਸ਼ਹੂਰ ਹੋਏ ਤਾਂ ਇਹ ਮੂਵੀ ਰਿਲੀਜ਼ ਹੋਈ ਹੈ ਸ਼ੌਕ ਸਰਦਾਰੀ ਦਾ ਮੂਵੀ ਰਿਲੀਜ਼ ਹੋਈ ਹੈ ਲੇਕਿਨ ਜਿਹੜੀ ਆਡੀਅנס ਹੈ ਲਗਾਤਾਰ ਡਿਮਾਂਡ ਕਰ ਰਹੀ ਹੈ ਕਿ ਸਾਨੂੰ ਜਿਹੜੀ ਮੂਵੀ ਹੈ ਉਹ ਕਿਹੜੀ ਕਿਹੜੀ ਜਗ੍ਹਾ ਤੇ ਦੇਖਣ ਨੂੰ ਮਿਲ ਸਕਦੀ ਕਿਉਂਕਿ ਲਗਾਤਾਰ ਦੇਖਣ ਦੇ ਲਈ ਸਿਨੇਮਾਸ ਦੇ ਵਿੱਚ ਆਡੀਅנס ਜਿਹੜੀ ਪਹੁੰਚ ਰਹੀ ਹੈ ਲੇਕਿਨ ਕਈ ਜਗ੍ਹਾ ਦੇ ਉੱਤੇ ਜਿਹੜੀ ਇਹ ਮੂਵੀ ਨਹੀਂ ਦੇਖਣ ਨੂੰ ਮਿਲ ਰਹੀ ਤਾਂ ਇਸ ਪੂਰੀ ਮੂਵੀ ਨੂੰ ਲੈ ਕੇ ਜਿਹੜੇ ਹੈ ਕਲੈਰੀਫਿਕੇਸ਼ਨ ਦੇਣਾ ਚਾਹੁੰਦੇ ਨੇ ਕਮਲ ਗਰੀਵਾਲ ਸਾਡਾ ਨਾਲ ਇਸ ਵੇਲੇ ਮੌਜੂਦ ਨੇ ਕਮਲ ਜੀ ਜਿਸ ਤਰੀਕੇ ਨਾਲ ਤੁਸੀਂ ਸ਼ੌਂਕ ਸਰਦਾਰੀ ਦਾ ਜਿਹੜੀ ਮੂਵੀ ਰਿਲੀਜ਼ ਕੀਤੀ ਹੈ ਤਾਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਲੋਕ ਦੂਰ ਦੂਰੋਂ ਪਹੁੰਚ ਰਹੇ ਨੇ ਸਿਨੇਮਾਸ ਦੇ ਵਿੱਚ ਇਸ ਮੂਵੀ ਨੂੰ ਦੇਖਣ ਦੀ ਪਰ ਮਹੰਗਾਰਾ ਮਿਲ ਰਿਹਾ ਲੇਕਿਨ ਕਈ ਸਿਨੇਮਾਸ ਦੇ ਵਿੱਚ ਇਹ ਮ ਤੇ ਸਵਾਲ ਵੀ ਹੈ ਕਿ ਕਿਉਂ ਨਹੀਂ ਦਿਖਣ ਨੂੰ ਮਿਲਦੀ ਹਾਂ ਸਭ ਤੋਂ ਪਹਿਲਾਂ ਤਾਂ ਸਸਤੀ ਕਲਾ ਨਹੀਂ ਡੇਲੀ ਪੋਸਟਰਾਂ ਹੀ ਜਿੰਨੇ ਵੀ ਮੈਨੂੰ ਸੁਣ ਰਹੇ ਆ ਦੇਖੋ ਸਾਡੀ ਇਹ ਟਰਾਈ ਸੀਗੀ ਅਸੀਂ ਪਹਿਲੀ ਵਾਰ ਫਿਲਮ ਲੈ ਕੇ ਆਏ ਆ ਨਾ ਮੇਰੀ ਪਹਿਲੀ ਡੈਬਿਊ ਫਿਲਮ ਆ ਇਹ ਤੇ ਬਾਕੀ ਇਹ ਵੀ ਅਸੀਂ ਇਹਨੂੰ ਆਪਦੇ ਵੱਲੋਂ ਅਸੀਂ ਇੰਚ ਕੋਈ ਕਮੀ ਨਹੀਂ ਛੱਡੀ ਹੈਗੀ ਇਹਨੂੰ ਇਹਨੂੰ ਬਣਾਉਣ ਦੇ ਲਈ ਤੇ ਇਹਨੂੰ ਆਡियंस ਤੱਕ ਪਹੁੰਚਾਉਣ ਦੇ ਲਈ ਪਰ ਕੁਝ ਕੇ ਆ ਵੀ ਜਿਹੜਾ ਸਾਡੇ ਹੱਥੇ ਸਾਰਾ ਕੁਝ ਨਹੀਂ ਹੈਗਾ ਬਹੁਤ ਕੁਝ ਮੇਰੇ ਮੈਨੂੰ ਜਿਹੜੇ ਪਿਆਰ ਕਰਨ ਵਾਲੇ ਜਿਹੜੇ ਆਡੀਅנס ਉਹਨਾਂ ਦੇ ਹੱਥ 'ਚ ਵੀ ਆ ਕਿਉਂਕਿ ਹਰ ਇੱਕ ਚੀਜ਼ ਡਿਮਾਂਡ ਦੇ ਸਿਰ ਤੇ ਹੁੰਦੀ ਆ ਜਿੱਥੇ-ਜਿੱਥੇ ਤੁਸੀਂ ਡਿਮਾਂਡ ਕਰੋਗੇ ਇੱਕ ਵਾਰ ਡਿਮਾਂਡ ਕਰੋਗੇ ਤੁਸੀਂ ਕਰ ਵੀ ਰਹੇ ਹੋ ਲਗਾਤਾਰ ਤੁਹਾਡੇ ਮੈਨੂੰ ਮੈਸੇਜ ਆ ਰਹੇ ਨੇ ਕਲਿੱਪਸ ਆ ਰਹੇ ਨੇ ਮੈਂ ਆਪਦੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰ ਰਹੇ ਆ ਤੇ ਅੱਗੇ ਜਿਹੜੇ ਬੰਦੇ ਸਾਡੇ ਬੁਕਰ ਨੇ ਜਿਨ੍ਹਾਂ ਨੇ ਸਿਨੇਮਾ ਬੁੱਕ ਕਰਨਾ ਜਾਂ ਟਾਈਮਿੰਗ ਬੁੱਕ ਕਰਨੀ ਉਹ ਦੇਖ ਵੀ ਰਹੇ ਨੇ ਤੇ ਇਹਦੇ 'ਚ ਇਹ ਹੁੰਦਾ ਵੀ ਅਸੀਂ ਉਹਨਾਂ ਨੂੰ ਜਸਟ ਈਮੇਲਸ ਦੇ ਥਰੂ ਹੀ ਬੁਕਿੰਗ ਆ ਵਗੈਰਾ ਹੁੰਦੀਆਂ ਨੇ ਨਾ ਸਿਨੇਮੇ ਦੀਆਂ ਤੇ ਉਹ ਉਹ ਜਿਹੜੇ ਮਲਟੀ ਜਿੰਨੇ ਹੈਗੇ ਨਾ ਕੰਪਲੈਕਸ ਵੱਡੇ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਮੈਨੂੰ ਅੰਮ੍ਰਿਤਸਰ ਤੋਂ ਵੀ ਕਾਲਸ ਨੇ ਪਟਿਆਲੇ ਤੋਂ ਕਾਲਸ ਨੇ ਚੰਡੀਗੜ੍ਹ ਤੋਂ ਨੇ ਈਵਨ ਲੁਧਿਆਣਾ ਮੇਨ ਆ ਕਿਉਂਕਿ ਫਿਲਮ ਹੀ ਲੁਧਿਆਣੇ ਦੀ ਸੀਗੀ ਇਹ ਇਦੇ ਵਿੱਚ ਟਾਈਟਲ ਟਰੈਕ ਵੀ ਆ ਲੁਧਿਆਣਾ ਜ਼ਿਲ੍ਹਾ ਜਾਣਦਾ ਜੱਟ ਦੀ ਸਰਦਾਰੀ ਨੂੰ ਕਿਉਂਕਿ ਇਹਦਾ ਕਾਨਸੈਪਟ ਆ ਬੇਸਡ ਔਨ ਟਰੂ ਇਵੈਂਟਸ ਉਹ ਲੁਧਿਆਣੇ ਜ਼ਿਲ੍ਹੇ ਦਾ ਹੀ ਆ ਤੇ ਇੱਥੋਂ ਬਹੁਤ ਜ਼ਿਆਦਾ ਕਾ ਉਸ ਨੇ ਲੁਧਿਆਣੇੋਂ ਪਰ ਹੁਣ ਇਹਨੂੰ ਅਸੀਂ ਲਗਾਤਾਰ ਟੀਮ ਲੱਗੀ ਹੋਈ ਆ ਉਹਨੂੰ ਫਿਕਸ ਕਰਨ ਨੂੰ ਤੇ ਮੈਨੂੰ ਉਮੀਦ ਆ ਵੀ ਸ਼ਾਮ ਤੱਕ ਜਿਹੜੇ ਵੱਡੇ ਹੈਗੇ ਨੇ ਚੀਨਸ ਨੇ ਜਿਹੜੀਆਂ ਇਹਦੀਆਂ ਕੰਪਲੈਕਸ ਦੀਆਂ ਪੀਵੀਆਰ ਹੋ ਗਿਆ ਐਮਵੀਡੀ ਹੋ ਗਿਆ ਵੇਵ ਹੋ ਗਿਆ ਵੀ ਉਹਦੇ ਵਿੱਚ ਲੱਗ ਜੂਗੀ ਪਰ ਮੈਂ ਆਪਦੇ ਬੋਲ ਨੇ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਤੇ ਵੀ ਜਿਹੜੇ ਹੈਗੇ ਨੇ ਆਪਣੇ ਮਲਟੀ ਇਹਨਾਂ ਤੋਂ ਬਿਨਾ ਜਿਹੜਾ ਸਾਡੇ ਕੋਲ ਲਿਸਟ ਆ ਉਹ ਸੋਸ਼ਲ ਮੀਡੀਆ ਤੇ ਵੀ ਅਸੀਂ ਉਹਨੂੰ ਅਪਲੋਡ ਕਰ ਰਹੇ ਆਂ ਬਾਰ-ਬਾਰ ਤੇ ਇੱਕ ਸਰਵਿਸ ਅਸੀਂ ਨੰਬਰ ਵੀ ਪਾ ਰਹੇ ਆਂ ਵੀ ਵੀ ਮੇਰੇ ਚਾਹਣ ਵਾਲੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਵੀ ਤੁਸੀਂ ਪਿਆਰ ਕਰ ਰਹੇ ਹੋ ਉਹਦੇ ਲਈ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਆਂ ਹਨਾ ਕਿਉਂਕਿ ਸਾਡੀ ਮਿਹਨਤ ਆ ਇਹ ਚ ਮੇਰੇ ਇਕੱਲੇ ਦੀ ਨਹੀਂ ਇਹ ਚ ਬਹੁਤ ਐਕਟਰਸ ਜਾਂ 뮤జిక్ ਐਕਟਰ ਜਾਂ ਜਿਹੜੇ ਟੈਕਨੀਸ਼ੀਅਨ ਨੇ ਜਾਂ ਸਾਡੇ ਭਾਈਵੰਦੀ ਜਿੰਨੇ ਯਾਰ ਦੋਸਤ ਜੁੜੇ ਨੇ ਸਾਰਿਆਂ ਦੀ ਇੱਕ ਕੰਪਲੀਟ ਮਿਹਨਤ ਨਾਲ ਇੱਕ ਜਿਹੜੀ ਹੈਗੀ ਫਿਲਮ ਬਣਦੀ ਆ ਤੇ ਤੁਸੀਂ ਪਿਆਰ ਦੇ ਰਹੇ ਹੋ ਇਹ ਸਾਡੇ ਸਰ ਮੱਥੇ ਆ ਚੀਜ਼ ਪਰ ਇਹ ਜਿਹੜੀ ਪ੍ਰੋਬਲਮ ਆ ਇਹ ਸਾਡੇ ਸਰਕਲ ਲਈ ਸਾਡੀ ਨਹੀਂ ਹੈਗੀ ਇਹ ਹਰੇਕ ਬੰਦਾ ਜਦੋਂ ਨਵਾਂ ਐਂਟਰ ਹੁੰਦਾ ਇੰਡਸਟਰੀ ਦੇ ਵਿੱਚ ਉਹਨੂੰ ਇਥੋਂ ਨੰਗਣਾ ਪੈਂਦਾ ਇਹ ਚੀਜ਼ ਦੇ ਵਿੱਚੋਂ ਤੇ ਉਹਨੂੰ ਜਿਹੜਾ ਹੈਗਾ ਇਹਨਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜੇ ਤੁਸੀਂ ਲਗਾਤਾਰ ਆਪਦਾ ਪਿਆਰ ਇੱਕ ਨਹੀਂ ਬਰਕਰਾਰ ਰੱਖੋਗੇ ਤੁਸੀਂ ਜਾ ਕੇ ਡਿਮਾਂਡ ਕਰਦੇ ਹੋ ਤੇ ਉੱਥੇ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਹਾਂ ਵੀ ਡਿਮਾਂਡ ਹੈ ਨਾ ਤੇ ਪਲੱਸ ਜਿਹੜੇ ਜਿਵੇਂ ਹੁਣ ਲੁਧਿਆਣਾ ਲੁਧਿਆਣੇ ਦੇ ਵਿੱਚ ਇੱਥੇ 20 22 ਵੀ ਸਿਨੇਮਾ ਹਨ ਦੇਖ ਕਚੇਰੀਆਂ ਦੇ ਬਾਹਰ ਉਹ ਸਾਨੂੰ ਕੰਪਲੈਕਸ ਉਹਦੇ ਵਿੱਚ ਲੱਗੀ ਆ ਈਵਨ ਮੁੱਲਾਂਪੁਰ ਲੱਗੀ ਆ ਤੇ ਨਿਰਮਲ ਪੈਲਸ ਵਾਲੇ ਨੇ ਜਿਹੜੇ ਉਹ ਸਾਡੇ ਕਾਫੀ ਚੰਗੇ ਦੋਸਤ ਨੇ ਉਹਨਾਂ ਨੇ ਉਹਨਾਂ ਦੇ ਸਿਨੇਮੇ ਚ ਲੱਗੀ ਆ ਦਰਾਹੇ ਲੱਗੀ ਆ ਤੇ ਬਾਕੀ 75 ਵਨ ਸਕਰੀਨਸ ਨੇ ਟੋਟਲ ਜਿਨ੍ਹਾਂ ਤੇ ਲੱਗੀ ਆ ਪਰ ਅੱਜ ਦਾ ਜਿਹੜਾ ਹੈਗਾ ਇਹਦਾ ਫਿਲਮਾਂ ਦੇਖਣ ਦਾ ਜਾਂ ਜਿਹੜਾ ਦੌਰ ਆ ਜ਼ਿਆਦਾ ਉਹ ਜ਼ਿਆਦਾ ਮਲਟੀ ਕੰਪਲੈਕਸ ਦੇ ਵਿੱਚ ਫੈਮਲੀਆਂ ਦੇ ਨਾਲ ਕਿ ਥੋੜਾ ਸੇਫ ਵੀ ਫੀਲ ਕਰਦੇ ਆਪਾਂ ਉਹਦੇ ਵਿੱਚ ਜਾਂਦੇ ਆ ਸਾਰੇ ਤੇ ਮੇਰੇ ਵੱਲੋਂ ਇਹੀ ਰਿਕਵੈਸਟ ਆ ਵੀ ਤੁਸੀਂ ਬਾਕੀ ਜਗ੍ਹਾ ਵੀ ਜੇ ਜਾ ਸਕਦੇ ਹੋ ਤਾਂ ਜਾਓ ਕਿਉਂਕਿ ਚੰਗੀਆਂ ਫਿਲਮਾਂ ਨੇ ਅਸੀਂ ਉਹਨਾਂ ਨੂੰ ਮਿਹਨਤ ਕਰਦੇ ਹਾਂ ਚੀਜ਼ ਨੂੰ ਬਣਾਉਣ ਨੂੰ ਬਾਰ-ਬਾਰ ਵਧੀਆ ਚੀਜ਼ ਨਹੀਂ ਵੀ ਬਣਦੀ ਸ਼ਾਇਦ ਮੇਰੇ ਤੋਂ ਵੀ ਉਸ ਤੋਂ ਬਾਅਦ ਫਿਲਮ ਇੰਨੀ ਵਧੀਆ ਨਾ ਬਣੇ ਕਿਉਂਕਿ ਕਈ ਵਾਰ ਸਮਾਂ ਹੁੰਦਾ ਹੁਣ ਸਮਾਂ ਸੀਗਾ ਅਸੀਂ ਸਮਾਂ ਲਾਇਆ ਚੀਜ਼ ਬਣ ਗਈ ਤੇ ਇਹਦਾ ਰਿਸਪਾਂਸ ਵੀ ਆ ਰਿਹਾ ਹਨਾ ਤੇ ਪਰ ਤੁਹਾਡੇ ਕਿਤੇ ਤੁਸੀਂ ਰਹਿ ਨਾ ਜਾਓ ਵੀ ਤੁਸੀਂ ਕਹਿ ਦੋ ਵੀ ਯਾਰ ਇਹ ਚ ਨਹੀਂ ਲੱਗੀ ਅਸੀਂ ਨਹੀਂ ਜਾਣਾ ਉਹ ਸਿਨੇਮੇ ਚ ਲੱਗਦੀ ਸੀ ਤਾਂ ਜਾਂਦੇ ਤੁਸੀਂ ਸਾਨੂੰ ਕਾਲ ਕਰੋ ਸਾਡੇ ਜਿਹੜੇ ਅਫੀਸ਼ੀਅਲ ਨੰਬਰ ਪਾਏ ਹੋਏ ਨੇ ਲਿੰਕਸ ਤੇ ਜਾਓ ਸਾਡੀ ਟੀਮ ਆ ਪੂਰੀ ਬੈਠੀ ਆ ਉਹਨਾਂ ਨੂੰ ਤੁਸੀਂ ਦੱਸੋ ਈਵਨ ਸੋਸ਼ਲ ਮੀਡੀਆ ਤੇ ਜਾਓ ਆਨਲਾਈਨ ਵੀ ਕਈ ਜਗ੍ਹਾ ਤੇ ਪ੍ਰੋਬਲਮ ਆ ਰਹੀ ਆ ਵੀ ਜਿਹੜੀ ਬੁਕਿੰਗ ਆ ਉਹ ਨਹੀਂ ਹੋ ਰਹੀ ਕਿਉਂਕਿ ਜਿਹੜੇ ਆ ਆਮ ਸਿਨੇਮੇ ਆ ਉਹਨਾਂ ਕਈਆਂ ਦੀ ਆਪਣੀਆਂ ਐਪਸ ਨਹੀਂ ਉੱਥੇ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਟਿਕਟਸ ਤੇ ਉਹ ਸਾਰੀਆਂ ਸਰਵਿਸ ਯੂਜ਼ ਕਰੋ ਜਿੱਤੇ ਜਿੱਤੇ ਹੈਗਾ ਕੋਈ ਹੋਰ ਪ੍ਰੋਬਲਮ ਆ ਸਾਨੂੰ ਕਾਲ ਕਰੋ ਪਰ ਤੁਸੀਂ ਦੇਖਣ ਜਾਓ ਫਿਲਮ ਨੂੰ ਛੱਡੋ ਨਾ ਮੇਰਾ ਇਹੀ ਰਿਕਵੈਸਟ ਆ ਪਰ ਸਾਡੀ ਪੂਰੀ ਟਰਾਈ ਆ ਵੀ ਅਸੀਂ ਅੱਜ ਸ਼ਾਮ ਤੱਕ ਜਿਹੜੀ ਹੈਗੀ ਆ ਵੱਡੇ ਜਿਹੜੇ ਪੀਵੀਆਰ ਜਾਂ ਐਮਬੀਡੀ ਜਾਂ ਜਿਹੜੇ ਵੀ ਸਿਨੇਮੇ ਜਿਨ੍ਹਾਂ ਦੇ ਵਿੱਚ ਕੋਈ ਟੈਕਨੀਕਲੀ ਪ੍ਰੋਬਲਮ ਹੋ ਸਕਦੀ ਹੈ ਸਾਡੀ ਟੀਮ ਵੱਲੋਂ ਪ੍ਰੋਬਲਮ ਹੋ ਸਕਦੀ ਹੈ ਉਹਨੂੰ ਅਸੀਂ ਫਿਕਸ ਕਰੀਏ ਯਾਨੀ ਕਿ ਸ਼ਾਮ ਤੱਕ ਇਹ ਪ੍ਰੋਬਲਮ ਜਿਹੜੀ ਸੋਲਵ ਵੀ ਹੋ ਸਕਦੀ ਹੈ ਤੇ ਤੁਹਾਡੇ ਜਿਹੜੀ ਮੂਵੀ ਹੈ ਉਹ ਮਲਟੀ ਕੰਪਲੈਕਸ ਵਿੱਚ ਦੇਖੀ ਵੀ ਜਾ ਸਕਦੀ ਹੈ ਲੇਕਿਨ ਉਸ ਤੋਂ ਇਲਾਵਾ ਜੇ ਅਗਰ ਕੋਈ ਦੇਖਣਾ ਚਾਹੁੰਦਾ ਤਾਂ ਆਲੇ ਦੁਆਲੇ ਜਿੰਨੇ ਵੀ ਕੰਪਲੈਕਸ ਹੈਗੇ ਉਹਨ ਪੋਸਟ ਦੇ ਜ਼ਰੀਏ ਰਾਹੀਂ ਕਿਉਂਕਿ ਸਾਨੂੰ ਜਿਹੜੇ ਸਾਹਮਣੇ ਕੌਸ ਦੀਆਂ ਕਲਿੱਪਸ ਸੀਗੇ ਕਿਉਂਕਿ ਕੱਲ ਸ਼ਾਮ ਨੂੰ ਮੈਨੂੰ ਲੁਧਿਆਣੇ ਤੋਂ ਕਾਫੀ ਕਾਲਾਂ ਸੀਗੀਆਂ ਨੇ ਵੀ ਅਸੀਂ ਐਮਬੀਡੀ ਗਏ ਉੱਥੇ ਨਹੀਂ ਲੱਗੀ ਤੇ ਉਹ ਇਹਦੇ ਵਿੱਚ ਸਾਡਾ ਕੋਈ ਇਹ ਨਹੀਂ ਹੈਗਾ ਵੀ ਅਸੀਂ ਜਾਣ ਕੇ ਨਹੀਂ ਲਾਈ ਅਸੀਂ ਤਾਂ ਸਾਰੇ ਪਾਸੇ ਉਹਨੂੰ ਜਿਹੜੀਆਂ ਹੈਗਿਆ ਫਿਲਮ ਨੂੰ ਟਰਾਈ ਟਰਾਈ ਕੀਤਾ ਵੀ ਸਾਰੇ ਪਾਸੇ ਲੱਗੇ ਪਰ ਇਹੀ ਹੁੰਦਾ ਵੀ ਇਹਨੂੰ ਤੇ ਵੇ ਟਾਈਮ ਲੱਗ ਜਾਂਦਾ ਹਨਾ ਚੀਜ਼ਾਂ ਨੂੰ ਕਿਉਂਕਿ ਅਸੀਂ ਨਵੇਂ ਆ ਤੇ ਨਵੇਂ ਦਾ ਬਾਕੀ ਤੁਹਾਨੂੰ ਪਤਾ ਹੀ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਨਵੇਂ ਜਿਹੜਾ ਨਵਾਂ ਕੋਈ ਇੰਡਸਟਰੀ ਦੇ ਵਿੱਚ ਇਸ ਪੈਰ ਧਰਦਾ ਵਾ ਫਿਲਮਿੰਗ ਦੁਨੀਆ ਦੇ ਵਿੱਚ ਤੌਰ ਦਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋ ਸਕਦਾ ਸਾਰਾ ਕੁਝ ਚੱਲੀ ਜਾਂਦਾ ਜੀ ਦਬਦੇ ਤਾਂ ਚਲੋ ਪਰਮਾਤਮਾ ਨੇ ਦੇਖੋ ਪਰਮਾਤਮਾ ਦੇ ਘਰ ਦੇ ਵਿੱਚ ਬੰਦਾ ਸਹੀ ਚਾਹੀਦਾ ਹਣਾ ਵੀ ਆਪਾਂ ਆਪਦੇ ਵੱਲੋਂ ਮਿਹਨਤ ਕਰ ਸਕਦੇ ਆ ਤੇ ਪਰ ਚੱਲਦਾ ਸਾਰੇ ਕੰਮਾਂ 'ਚ ਸਾਰਾ ਕੁਝ ਚੱਲੀ ਜਾਂਦਾ ਵਾ ਜੇ ਤੁਸਾਨੂੰ ਏਕਨ ਤੁਸੀਂ ਕਹਿੰਦੇ ਹੋ ਮੈਨੂੰ ਲੱਗਦਾ ਇਹ ਵੀ ਚੀਜ਼ ਹੋ ਸਕਦੀ ਆ ਪਰ ਜਿਹੜੇ ਜਦੋਂ ਤੋਂ ਜਦੋਂ ਇੱਕ ਬੰਦੇ ਨੂੰ ਪਿਆਰ ਮਿਲਦਾ ਨਾ ਕਿਸੇ ਆਰਟਿਸਟ ਨੂੰ ਜਾਂ ਕਿਸੇ ਵੀ ਜਿਹੜੇ ਬੰਦਾ ਕੋਈ ਕਿਸੇ ਕੰਮ 'ਚ ਹੈਗਾ ਨਾ ਆਰਟਿਸਟ ਆ ਤਾਂ ਉਹਨੂੰ ਕੋਈ ਰੋਕ ਤਾਂ ਸਕਦਾ ਨਹੀਂ ਤੇ ਆਪਦੀ 'ਚ ਹੌਸਲਾ ਚਾਹੀਦਾ ਮੈਨੂੰ ਪਤਾ ਵਾ ਮੇਰੀ ਚੀਜ਼ ਵਧੀਆ ਵਾ ਅਸੀਂ ਵਧੀਆ ਇੱਕ ਪ੍ਰੋਡਕਟ ਰੈਡੀ ਕੀਤਾ ਵਾ ਉਹ ਆਡੀਅנס ਤੱਕ ਪਹੁੰਚਣਾ ਹੋਰ ਪਲੇਟਫਾਰਮ ਦੇ ਥਰੂ ਪਹੁੰਚ ਜਾਊਗਾ ਤੇ ਪਰ ਸਾਡੀ ਮੈਂ ਦੀ ਮੇਨ ਮੇਰਾ ਇਹੀ ਸੀਗਾ ਮੋਟਿਵ ਛੱਡੋ ਨਾ ਫਿਲਮ ਨੂੰ ਦੇਖਣ ਜਾਓ ਜਿਹੜੇ ਸਾਈਡਾਂ ਵਾਲੇ ਆਮ ਜਿਹੜੇ ਸਿਨੇਮੇ ਜਿਹੜੇ ਤੁਹਾਡੀ ਲਿਸਟ 'ਚ ਨਹੀਂ ਹੈਗੇ ਤੁਸੀਂ ਉਹਨਾਂ 'ਚ ਨਹੀਂ ਜਾਂਦੇ ਸਾਨੂੰ ਪੁੱਛੋ ਅਸੀਂ ਤੁਹਾਨੂੰ ਉਹ ਪੂਰੀ ਲਿਸਟ ਹੈ ਜਿਹੜੀ ਆਪਦੀ ਟੀਮ ਵੱਲੋਂ ਦਿੰਦੇ ਆ ਤੇ ਤੁਸੀਂ ਉਹਨਾਂ 'ਚ ਜਾਓ ਜਾ ਕੇ ਦੇਖੋ ਤੇ ਸਾਨੂੰ ਦੱਸੋ ਕਿਵੇਂ ਲੱਗੀ ਤਾਂ ਜੋ ਅੱਗੇ ਤੋਂ ਵੀ ਜਿਹੜੇ ਨਵੇਂ ਆਰਟਿਸਟ ਵੀ ਅਸੀਂ ਨਾਲ ਲੈ ਕੇ ਤੁਰੇ ਆ ਤੇ ਉਹਨਾਂ ਦਾ ਵੀ ਜਿਹੜਾ ਫਿਊਚਰ ਆ ਉਹ ਤੁਹਾਡੇ ਹੱਥ 'ਚ ਹੁੰਦਾ ਨਹੀਂ ਤਾਂ ਫਿਰ ਆਪਾਂ ਮੂਸਲੀ ਦੇਖਦੇ ਹਾਂ ਕਹਿੰਦੇ ਵੀ ਪੁਰਾਣੇ ਚਿਹਰਿਆਂ ਦੇ ਨਾਲ ਹੀ ਜ਼ਿਆਦਾ ਇੰਡਸਟਰੀ ਰਨ ਹੁੰਦੀ ਹੈ ਨਾ ਅਸੀਂ ਇੱਥੇ ਪੁਰਾਣੇ ਚਿਹਰੇ ਤਾਂ ਰੱਖੇ ਹੀ ਨੇ ਜਿਹੜੇ ਸੀਨੀਅਰ ਨੇ ਪਰ ਅਸੀਂ ਕਈ ਨਵੇਂ ਮੰਡਿਆਂ ਨੂੰ ਮੌਕਾ ਦਿੰਦਾ ਹਾਂ ਹੁਣ ਇੱਥੇ ਸਾਡਾ ਕਾਮੇਡੀਅਨ ਉਹਦੀ ਕਾਫੀ ਉਹਦਾ ਕੰਮ ਪਸੰਦ ਕੀਤਾ ਜਾ ਰਿਹਾ ਅਵਤਾਰ ਨਿੱਜਰ ਉਹ ਐਸਾ ਕਾਮੇਡੀਅਨ ਕੰਮ ਕੀਤਾ ਉਹਨੇ ਪਹਿਲੀ ਫਿਲਮ ਉਹਦੀ ਤੇ ਉਹ ਜਿਹੜੇ ਆਰਟਿਸਟ ਨੇ ਇਹਨਾਂ ਨੂੰ ਤੁਸੀਂ ਉਹ ਹੀ ਪੌਪੂਲਰ ਕਰਨਾ ਤੇ ਚਲੋ ਮੇਰੀ ਪਹਿਲੀ ਫਿਲਮਾ ਮੈਨੂੰ ਐਜ਼ ਅ ਫੇਸ ਤੁਸੀਂ ਪਹਿਲਾਂ ਜਾਣਦੇ ਹੋ ਵੀ ਹਾਂ ਵੀ ਸੌਂਗ ਆਇਆ ਸੀ ਬਾਈ ਦੀ ਫਿਲਮ ਆ ਰਹੀ ਆ ਮੇਰਾ ਤਾਂ ਮੈਨੂੰ ਫੇਰ ਦੁਬਾਰਾ ਆ ਸਕਦਾ ਕਿਉਂਕਿ ਇੱਕ ਬੰਦੇ ਦਾ ਜਿਹੜਾ ਬਣਿਆ ਹੁੰਦਾ ਉਹ ਟਰਾਈ ਕਰਦਾ ਰਹਿੰਦਾ ਪਰ ਜਿਹੜੇ ਜਮੇ ਫਰੈਸ਼ ਨੇ ਉਹਨਾਂ ਲਈ ਫਸਟ ਐਂਡ ਲਾਸਟ ਚਾਂਸ ਹੀ ਹੁੰਦਾ ਹੈ ਹਾਂਜੀ ਉਹ ਪਸੰਦ ਹੋ ਆ ਗਿਆ ਤਾਂ ਉਹਨਾਂ ਦਾ ਫਿਊਚਰ ਅੱਗੇ ਸਹੀ ਹੋ ਜਾਂਦਾ ਨਹੀਂ ਫਿਰ ਉਹ ਵਿਚਾਰੇ ਫੇਰ ਦੁਬਾਰਾ ਆਪਦੇ ਪਲੇਟਫਾਰਮ ਤੇ ਸਟਰਗਲ ਕਰਦੇ ਰਹਿੰਦੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਸ਼ੌਂਕ ਸਰਦਾਰੀ ਦਾ ਟਰੂ ਇਵੈਂਟਸ ਨੇ ਤਾਂ ਇਹ ਇਹ ਮੰਨ ਸਕਦੇ ਆ ਵੀ ਇਹ ਰੀਜ਼ਨ ਰਿਹਾ ਬਥੋੜੀ ਦੇਰੀ ਹੋਈ ਇਸ ਫਿਲਮ ਇੰਡਸਟਰੀ ਦੇ ਵਿੱਚ ਆਉਣ ਨੂੰ ਲੈ ਕੇ ਪਹਿਲਾਂ ਵੀ ਪਲਾਨ ਬਣਿਆ ਹੋਵੇ ਕਦੇ ਨਹੀਂ ਮੇਰਾ ਇਸ ਐਕਟਰ ਮੈਨੂੰ ਕਾਫੀ ਅਪਰੋਚ ਹੋਈ ਹੈ ਨਹੀਂ ਫਿਲਮਾਂ ਦੀ ਪਰ ਮੈ ਆਪਣਾ ਵੀ ਥੋੜਾ ਵਧੀਆ ਤਰੀਕੇ ਨਾਲ ਹੀ ਕੰਮ ਕਰਕੇ ਆਈਏ ਪਰ ਹੁਣ ਵਧੀਆ ਤਰੀਕੇ ਨਾਲ ਕੰਮ ਕਰਕੇ ਆਏ ਹਾਂ ਹੁਣ ਹੋਰ ਪ੍ਰੋਬਲਮਾਂ ਚੋਂ ਨੰਗੀ ਜਾਂਦੇ ਆਂ ਤੇ ਬਸ ਇਹ ਪ੍ਰਮਾਤਮਾ ਜਿਹੜਾ ਵਾ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਦੇ ਰੰਗ ਨੂੰ ਕੋਈ ਨਹੀਂ ਜਾਣ ਸਕਦਾ ਨਹੀਂ ਆਪਣੇ ਹੱਥੇ ਸਿਰ ਮਿਹਨਤ ਕਰਨੀ ਆ ਚੰਗਾ ਕੰਮ ਕਰਨਾ ਵਾ ਚੰਗੀ ਸੋਚ ਰੱਖ ਕੇ ਅੱਗੇ ਵਧਣਾ ਹੀ ਆ ਬਾਕੀ ਸਾਰਾ ਪ੍ਰਮਾਤਮਾ ਦੇ ਹੱਥਾਂ ਫਖਾਲੋ ਨਹੀਂ ਦੇਣਾ ਭਾਈ ਇਹ ਮੰਨ ਸਕਦੇ ਵੀ ਤੁਹਾਡੇ ਨਾਲ ਬਹੁਤ ਨੌਜਵਾਨ ਜੁੜੇ ਹੋਏ ਨੇ ਕਾਫੀ ਸਾਲਾਂ ਤੋਂ ਨਾਲ ਨੌਜਵਾਨ ਜੁੜੇ ਹੋਇਆ ਇੱਕ ਬਹੁਤ ਵੱਡਾ ਰਿਸਪੌਂਸ ਜਿਹੜਾ ਇਹ ਅੱਗੇ ਵੀ ਮਿਲ ਸਕਦੇ ਆ ਵੀ ਨੌਜਵਾਨੀ ਤੁਹਾਡੇ ਨਾਲ ਜੁ ਵਨੀ ਤੇ ਇਹੀ ਬਣਾਈ ਹੈ ਹਨਾ ਯੂਥ ਦੇ ਪੋਜ਼ਿਟਿਵ ਪੱਖ ਦੀ ਫਿਲਮ ਹੈ ਇਹ ਯੂਥ ਦੀ ਮੂਵੀ ਆ ਅਸੀਂ ਇਹਦੇ ਵਿੱਚ ਇਹੀ ਟਰਾਈ ਕੀਤੀ ਆ ਮੋਸਟਲੀ ਵੀ ਜਿਹਹ ਜਿਹਾ ਮੇਰਾ ਇੱਕ ਬਣਿਆ ਹੋਇਆ ਸੀ ਪੁਰਾਣਾ ਸਰਦਾਰੀ ਵਾਲਾ ਜਾਣਖਾਂ ਮੋੜ ਸੂਰਮਾ ਅੱਜ ਵੀ ਗਾਣੇ ਟ੍ਰੈਂਡਿੰਗ ਚ ਨੇ ਹਨਾ ਰੀਲਸ ਤੇ ਮੈਨੂੰ ਮੇਰੀ ਟੀਮ ਦੱਸਦੀ ਹੁੰਦੀ ਵੀ ਅੱਜ ਵੀ ਲੋਕ ਸੁਣਦੇ ਨੇ ਇੰਨੇ ਸਾਲ ਨਾਂਗੇ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਅੱਜ ਵੀ ਮੇਰੇ ਨਾਲ ਜੁੜੇ ਹੋਏ ਨੇ ਪਰ ਮੇਨ ਮਕਸਦ ਇਹੀ ਹੁੰਦਾ ਵੀ ਅਸੀਂ ਗਾਂ ਵੀ ਉਹਨਾਂ ਦੀ ਸੋਚ ਤੇ ਖਰੇ ਉੱਤਰੀ ਵੀ ਹਾਂ ਯਾਰ ਵੀ ਆ ਕੰਮ ਕੀਤਾ ਵਾ ਦੁਆਰਾ ਤਾਂ ਹੀ ਮੈਨੂੰ ਲੱਗਦਾ ਖਰੇ ਉੱ ਪਸੰਦ ਆ ਰਿਹਾ ਵਾ ਕੰਮ ਵੀ ਹਾਂ ਯਾਰ ਵੀ ਬਾਈ ਦੀ ਫਿਲਮ ਆਈ ਹੈ ਤੇ ਸਪੈਸ਼ਲੀ ਤਾਂ ਹੀ ਅਸੀਂ ਇਹਦਾ ਟਾਈਟਲ ਵੀ ਉਹੀ ਰੱਖਿਆ ਵੀ ਉਹਨਾਂ ਨੂੰ ਲੱਗੇ ਨਾ ਵੀ ਯਾਰ ਆ ਕੀ ਆ ਨਹੀਂ ਤਾਂ ਅਸੀਂ ਇਹਦਾ ਕਾਫੀ ਟਾਈਟਲ ਦਲੇਰੀਆਂ ਉਹ ਜਿਹੜਾ ਜਿਹੜਾ ਮੇਰਾ ਰੁੱਤ ਹੈਗਾ ਹਨ ਜਨਰ ਪਰ ਉਹ ਅ ਬਸ ਉਹ ਲੜੀ ਨੂੰ ਲੈ ਕੇ ਤੁਰ ਰਹੇ ਆ ਪੀ ਗਾਣਿਆਂ ਤੋਂ ਬਾਅਦ ਲੱਗੇ ਨਾ ਉਹਨਾਂ ਨੂੰ ਵੀ ਹਾਂ ਜੇ ਇਹਨੂੰ ਫਿਲਮਾਂ ਨਹੀਂ ਕਰਨੀ ਚਾਹੀਦੀਆਂ ਸੀ ਇਹ ਹੋਰ ਵਧੀਆ ਕਰ ਸਕਦਾ ਸੀ ਉਹ ਉਹੀ ਉਹੀ ਜੌਂਦੇ ਨੂੰ ਸਾਹਮਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀ ਕਮਲ ਗਰੇਵਾਲਾ ਜਿਹੜਾ ਵੀ ਜੇ ਗਾਣਿਆਂ ਦੇ ਵਿੱਚ ਉਹਦਾ ਗੈਪ ਤਿੰਨ ਚਾਰ ਸਾਲ ਦਾ ਲੋਕਾਂ ਨੇ ਮੰਨੇ ਆ ਤਾਂ ਫਿਲਮਾਂ ਦੇ ਵਿੱਚ ਉਹਨੂੰ ਲੱਗੇ ਵੀ ਆ ਨਹੀਂ ਠੀਕ ਆ ਜੇ ਬਾਈ ਨੇ ਤਾਂ ਬਾਈ ਨੇ ਅੱਗੇ ਉਹਨੂੰ ਚੀਜ਼ ਨੂੰ ਕੰਟੀਨਿਊ ਕੀਤਾ ਨੇ ਕਮਲ ਗਰੇਵਾਲ ਦੇ ਵੱਲੋਂ ਜਿਹੜੀ ਆਡੀਅנס ਤੁਹਾਨੂੰ ਦੇਖ ਰਹੀ ਆ ਸਨੇਹਾ ਕੀ ਦੇਣਾ ਚਾਹੁੰਗੇ ਆਪਣੇ ਵੱਲੋਂ ਦੇਖੋ ਸਨੇਹਾ ਮੇਰੇ ਵੱਲੋਂ ਇਹੀ ਆ ਸਾਰਿਆਂ ਨੂੰ ਵੀ ਤੁਸੀਂ ਜਿਹੜਾ ਹੈਗਾ ਵਾ ਅੱਜ ਹ ਸੈਚਰਡੇ ਅੱਜ ਸਾਡਾ ਜਿਹੜਾ ਹੈਗਾ ਇਹ ਸ਼ੋਅ ਸ਼ਾਮ ਨੂੰ ਮੈਨੂੰ ਲੱਗਦਾ ਕਾਫੀ ਕੋਲਾਂ ਆ ਵੀ ਰਹੀਆਂ ਨੇ ਵੀ ਇੰਨੇ ਕਿੱਥੇ ਕਿੰਨੇ ਵਜੇ ਹੈ ਨਾ ਤੁਸੀਂ ਆਪਣੀ ਫੈਮਲੀ ਦੇ ਨਾਲ ਦੇਖ ਕੇ ਆਓ ਤੇ ਅਸੀਂ ਤਾਂ ਮੇਨ ਸਾਰੀ ਹੁਣ ਟੀਮ ਮੂਵੀ ਵਾਲੇ ਪਾਸੇ ਲੱਗੇ ਹੋਏ ਆਂ ਵੀ ਕਿਤੇ ਕੋਈ ਸਾਥ ਤੋਂ ਕਮੀ ਨਾ ਰਿਹਾ ਜੀ ਵੀ ਫਿਰ ਵੀ ਪਰ ਮੈਨੂੰ ਲੱਗਦਾ ਵੀ ਕਮੀ ਰਹਿ ਰਹੀ ਆ ਆਹੀ ਚੱਕਰ ਕਰਕੇ ਵੀ ਜਿਹੜਾ ਮਲਟੀ ਕੰਪਲੈਕਸ ਦੇ ਵਿੱਚ ਨਹੀਂ ਲੱਗੀ ਮੂਵੀ ਤੇ ਇਹ ਵੀ ਸ਼ਾਇਦ ਫਿਕਸ ਹੋ ਜਵੇ ਭਾ ਕੀ ਪਰਮਾਤਮਾ ਜਾਣਦਾ ਹਨ ਵੀ ਅਸੀਂ ਮਿਹਨਤ ਸਾਡੀ ਜਦੋਂ ਜਿਹੇ ਜਾਰੀ ਆ ਵੀ ਇਹ ਆ ਪਰ ਫਿਰ ਵੀ ਚਲੋ 1% ਜੀ ਨਹੀਂ ਵੀ ਤਾਂ ਤੁਸੀਂ ਆਪਦੇ ਵੱਲੋਂ ਜਿਹੜਾ ਤੁਹਾਡਾ ਫਰਜ ਆ ਅਸੀਂ ਆਪਦਾ ਨਿਭਾਤਾ ਤੁਸੀਂ ਵੀ ਆਪਦਾ ਫਰਜ ਨਿਭਾਓ ਵੀ ਜਿੱਥੇ ਤੁਹਾਨੂੰ ਮੂਵੀ ਦੇਖਣ ਨੂੰ ਮਿਲਦੀ ਆ ਉੱਥੇ ਜਾਓ ਤੇ ਜਾ ਕੇ ਦੇਖੋ ਮੂਵੀ ਨੂੰ ਤੇ ਇੰਜੋਏ ਕਰੋ ਮੂਵੀ ਬਹੁਤ ਬਹੁਤ ਧੰਨ ਸੌਧਰੀ ਅਪਡੇਟਸ ਜਿਹੜਾ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਮ ਕੋ ਦੀਪਸਿਕਾ ਮਿਲਦੇ ਆ